ਲਾਹੌਰੀਅਰ ਰਿਕਾਰਡਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ SPG ਯਾਨੀ ਕਿ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੀ ਹੁੰਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਕਿੰਨੀ ਸਖਤ ਹੁੰਦੀ ਹੈ ਇਹ ਗੱਲ ਤਾਂ ਆਪਾਂ ਸਾਰੇ ਜਾਣਦੇ ਹਾਂ। SPG ਕਮਾਂਡੋ ਪ੍ਰਧਾਨ ਮੰਤਰੀ ਦੇ ਨਾਲ ਨਾਲ ਪ੍ਰਧਾਨ ਮੰਤਰੀ ਦੀ ਫੈਮਿਲੀ ਦੀ ਵੀ ਸੁਰੱਖਿਆ ਕਰਦੀ ਹੈ। ਦੋਸਤੋ PM ਕਿਤੇ ਵੀ ਜਾਵੇ ਇਹ SPG ਕਮਾਂਡੋ ਹਰ ਵੇਲੇ PM ਦੇ ਨਾਲ ਰਹਿੰਦੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਸਾਜ਼ਿਸ਼ ਪ੍ਰਧਾਨ ਮੰਤਰੀ ਤੱਕ ਨਾ ਪਹੁੰਚ ਸਕੇ। ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਤਨਾਤ ਬੋਡੀਗਾਰਡਸ ਦੇ ਹੱਥ ਵਿੱਚ ਇੱਕ ਬੈਗ ਹੁੰਦਾ ਹੈ ਜਿਸ ਨੂੰ ਕਿ ਬਰੀਫਕੇਸ ਕਹਿੰਦੇ ਨੇ। ਦੋਸਤੋ ਤੁਸੀਂ ਕਦੇ ਸੋਚਿਆ ਕਿ ਇਸ ਬਰੀਫਕੇਸ ਦੇ ਅੰਦਰ ਆਖਰ ਹੁੰਦਾ ਕੀ ਹੈ? ਜੇਕਰ ਨਹੀਂ ਤਾਂ ਤੁਹਾਨੂੰ ਅਸੀਂ ਵੀਡੀਓ ਵਿੱਚ ਇਹੀ ਦੱਸਣ ਜਾ ਰਹੇ ਹਾਂ ਕਿ ਇਸ ਬਰੀਫਕੇਸ ਦੇ ਅੰਦਰ ਕੀ ਹੁੰਦਾ ਹੈ ਅਤੇ ਇਸ ਦੀ ਦੋਸਤੋ ਵਰਤੋਂ ਕਦੋਂ ਕੀਤੀ ਜਾਂਦੀ ਹੈ। ਇਹ ਬਰੀਫਕੇਸ ਹਮੇਸ਼ਾ PM ਦੇ ਬੋਡੀਗਾਰਡਸ ਦੇ ਹੱਥ ਵਿੱਚ ਫੜਿਆ ਹੁੰਦਾ ਹੈ। ਸੁਰੱਖਿਆ ਕਰਮੀਆਂ ਨੂੰ ਇਹ ਬਰੀਫਕੇਸ ਰੱਖਣ ਲਈ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਬਰੀਫਕੇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਹਥਿਆਰ ਜਿਹੜੇ ਕਿ PM ਦੀ ਸੁਰੱਖਿਆ ਵਿੱਚ ਵਰਤੇ ਜਾਂਦੇ ਹਨ। ਜਿਹੜੇ ਬੋਡੀਗਾਰਡਸ PM ਦੇ ਨਾਲ ਚੱਲਦੇ ਨੇ ਉਹਨਾਂ ਦੇ ਹੱਥ ਵਿੱਚ ਬਰੀਫਕੇਸ ਫੜਿਆ ਹੁੰਦਾ ਹੈ। ਇਸ ਬਰੀਫਕੇਸ ਨੂੰ ਹਮੇਸ਼ਾ ਪ੍ਰਧਾਨ ਮੰਤਰੀ ਤੋਂ ਕੁਝ ਹੀ ਦੂਰੀ ਤੇ ਰੱਖਿਆ ਜਾਂਦਾ ਹੈ। ਆਓ ਤੁਹਾਨੂੰ ਹੁਣ ਦੱਸਦੇ ਹਾਂ ਕਿ ਇਸ ਬਰੀਫਕੇਸ ਵਿੱਚ ਕੀ ਹੁੰਦਾ ਹੈ। ਇਸ ਬਰੀਫਕੇਸ ਅੰਦਰ ਇੱਕ ਸਪੈਸ਼ਲ ਪਿਸਟਲ ਲੱਗਿਆ ਹੁੰਦਾ ਹੈ। ਜੇਕਰ PM ਤੇ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੋਵੇ ਤਾਂ ਬੋਡੀਗਾਰਡ ਇਸ ਬਰੀਫਕੇਸ ਵਿੱਚੋਂ ਇਸ ਪਿਸਟਲ ਨੂੰ ਗਨ ਦੇ ਤੌਰ ਤੇ ਵਰਤੋਂ ਕਰ ਸਕਦੇ ਨੇ। ਛੋਟਾ ਜਿਹਾ ਦਿਖਣ ਵਾਲਾ ਇਹ ਬਰੀਫਕੇਸ ਕਿਸੇ ਵੀ ਖਤਰੇ ਦੀ ਸਥਿਤੀ ਵਿੱਚ PM ਦੀ ਸੁਰੱਖਿਆ ਕਰਦਾ ਹੈ ਅਤੇ ਉਸ ਦੀ ਜਾਨ ਬਚਾਉਂਦਾ ਹੈ। PM ਦੀ ਸੁਰੱਖਿਆ ਵਿੱਚ ਵਰਤਿਆ ਜਾਣ ਵਾਲਾ ਇਹ ਬਰੀਫਕੇਸ ਬੁਲਟ ਪਰੂਫ ਸ਼ੀਟ ਦਾ ਕੰਮ ਕਰਦਾ ਹੈ। ਇਹ ਇੱਕ ਹੀ ਝਟਕੇ ਵਿੱਚ ਇੰਨਾ ਕੁ ਜ਼ਿਆਦਾ ਵੱਡਾ ਬਣ ਜਾਂਦਾ ਕਿ PM ਦੇ ਪੂਰੇ ਸਰੀਰ ਨੂੰ ਇਸ ਨਾਲ ਕਵਰ ਕੀਤਾ ਜਾ ਸਕਦਾ ਹੈ, ਭਾਵ ਕਿ ਢੱਕਿਆ ਜਾ ਸਕਦਾ ਅਤੇ ਉਹਨਾਂ ਦੀ ਜਾਨ ਨੂੰ ਬਚਾਇਆ ਜਾ ਸਕਦਾ। ਇਸ ਬਰੀਫਕੇਸ ਤੇ ਕਿਸੇ ਵੀ ਤਰ੍ਹਾਂ ਦੀ ਗੋਲੀ ਦਾ ਅਸਰ ਨਹੀਂ ਹੁੰਦਾ। ਇਸ ਬਰੀਫਕੇਸ ਦੇ ਅੰਦਰ ਇੱਕ ਨਿਊਕਲੀਅਰ ਬਟਨ ਵੀ ਲੱਗਿਆ ਹੁੰਦਾ ਹੈ। ਜੇਕਰ ਸੁਰੱਖਿਆ ਕਰਮੀਆਂ ਨੂੰ ਕਿਸੇ ਖਤਰੇ ਦਾ ਅਹਿਸਾਸ ਹੋਵੇ ਤਾਂ ਇਸ ਨਿਊਕਲੀਅਰ ਬਟਨ ਨੂੰ ਦਬਾ ਕੇ ਇਸ ਬਰੀਫਕੇਸ ਨੂੰ ਥੱਲੇ ਵੱਲ ਨੂੰ ਖੋਲ੍ਹ ਦਿੱਤਾ ਜਾਂਦਾ ਹੈ ਅਤੇ ਇਹ ਪੂਰੀ ਤਰ੍ਹਾਂ ਓਪਨ ਹੋ ਜਾਂਦਾ ਜਿਸ ਨਾਲ ਕਿ PM ਦੇ ਸਾਰੇ ਸਰੀਰ ਨੂੰ ਕਵਰ ਕੀਤਾ ਜਾ ਸਕਦਾ ਹੈ। ਕਹਿਣ ਦਾ ਭਾਵ ਕਿ ਇਹ ਬਰੀਫਕੇਸ PM ਵਾਸਤੇ ਇੱਕ ਢਾਲ ਦਾ ਕੰਮ ਕਰਦਾ ਹੈ। SPG ਕਮਾਂਡੋ PM ਦੀ ਸੁਰੱਖਿਆ ਕਰਨ ਲਈ ਬਰੀਫਕੇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਧੁਨਿਕ ਹਥਿਆਰਾਂ ਦੀ ਵਰਤੋਂ ਕਰਦੀ ਹੈ। ਦੇਸ਼ ਦੇ PM ਦੀ ਸੁਰੱਖਿਆ ਦੀ ਜ਼ਿੰਮੇਵਾਰੀ SPG ਕਮਾਂਡੋ ਦੇ ਸਿਰ ਹੁੰਦੀ ਹੈ। ਪ੍ਰਧਾਨ ਮੰਤਰੀ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਬਿਲਕੁਲ ਸੁਰੱਖਿਅਤ ਕਿਵੇਂ ਲੈ ਕੇ ਜਾਣਾ ਹੈ ਇਹ ਸਾਰੀਆਂ ਗੱਲਾਂ SPG ਕਮਾਂਡੋ ਤੈਅ ਕਰਦੀ ਹੈ। ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਕਰ ਦਿਓ ਅਤੇ ਨਾਲ ਹੀ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰ ਦਿਓ। ਇਸੇ ਤਰ੍ਹਾਂ ਦੀਆਂ ਨਵੀਆਂ ਵੀਡੀਓ ਡੇਲੀ ਦੇਖਣ ਲਈ ਵੀਡੀਓ ਦੇ ਨੀਚੇ ਦਿੱਤਾ ਗਿਆ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਕੇ ਲਾਹੌਰੀਅਰ ਰਿਕਾਰਡਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਹੀ ਘੰਟੀ ਵਾਲਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੇ ਰਹਿਣ। ਤਾਂ ਦੋਸਤੋ ਮਿਲਾਂਗੇ ਜਲਦੀ ਕਿਸੇ ਅਗਲੀ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਰੱਬ ਰੱਖਾ।